ਜੇਕਰ ਕਿਸੇ ਦੇ ਪਰਿਵਾਰ ਦਾ ਕੋਈ ਜੀ ਕੰਮ ਤੇ ਜਾਂਦਾ ਹੈ ਤਾਂ ਮੁੜ ਘਰ ਨਹੀਂ ਆਉਂਦਾ ਤਾਂ ਉਸ ਘਰ ਦਾ ਹਰ ਜੀ ਪਰੇਸ਼ਾਨ ਹੋ ਜਾਂਦਾ ਹੈ। ਜੀ ਹਾਂ, ਕਸਬਾ ਔੜ ਬਲਾਕ ਔੜ ਚੰਦਰਪਾਲ, ਨਾਮ ਧਿਆਨ ਨਾਲ ਸੁਣ ਲੈਣਾ, ਕਸਬਾ ਔੜ ਬਲਾਕ ਔੜ ਚੰਦਰਪਾਲ, ਜੋ ਕਿ ਇੱਕ ਕਬਾੜ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ, ਉਸਦੇ ਪੁੱਤਰ ਸੰਦੀਪ ਕੁਮਾਰ ਨੇ ਬਹੁਤ ਹੀ ਪਰੇਸ਼ਾਨੀ ਦੀ ਹਾਲਤ ਵਿੱਚ, ਸੰਦੀਪ ਕੁਮਾਰ ਅਤੇ ਉਸਦਾ ਸਾਰਾ ਪਰਿਵਾਰ ਜਿਹੜਾ ਆ ਬਹੁਤ ਹੀ ਪਰੇਸ਼ਾਨ ਆ, ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਦੀਪ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਚੰਦਰਪਾਲ ਕਰੀਬ 3 ਵਜੇ ਸ਼ਾਮ ਨੂੰ ਸਾਈਕਲ 'ਤੇ ਪਿੰਡ ਦਾ ਗੇੜਾ ਲਾਉਣ ਗਿਆ ਅਤੇ ਮੁੜ 3 ਕੁ ਦਿਨ ਤੋਂ ਘਰ ਵਾਪਸ ਨਹੀਂ ਆਇਆ ਹੈ। ਇਹਨਾਂ ਦਾ ਪਰਿਵਾਰ ਕੁਝ ਯੂਪੀ ਦੇ ਵਿੱਚ ਵੀ ਰਹਿੰਦਾ ਹੈ, ਇੱਥੇ ਔੜ ਅਤੇ ਉੱਧਰ ਯੂਪੀ ਵਿੱਚ ਚੰਦਰਪਾਲ ਦਾ ਕਿਤੇ ਵੀ ਲੱਭਣ 'ਤੇ ਜਦੋਂ ਪਰਿਵਾਰ ਵੱਲੋਂ ਲੱਭਿਆ ਗਿਆ, ਕੋਸ਼ਿਸ਼ ਕਰ ਰਹੇ ਨੇ ਪਰਿਵਾਰ ਵਾਲੇ, ਜਦੋਂ ਚੰਦਰਪਾਲ ਦਾ ਕਿਤੇ ਵੀ ਲੱਭਣ 'ਤੇ ਵੀ ਥਾਂ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਚਲਾ ਗਿਆ ਹੈ। ਘਰ ਵਿੱਚ ਕੋਈ ਝਗੜਾ ਵੀ ਨਹੀਂ ਹੈ, ਸੰਦੀਪ ਕੁਮਾਰ ਨੇ ਦੱਸਿਆ ਕਿ ਘਰ ਦੇ ਵਿੱਚ ਕੋਈ ਐਸੀ ਗੱਲਬਾਤ ਵੀ ਨਹੀਂ ਹੈਗੀ ਕਿ ਕਿਸੇ ਕਾਰਨ ਕਰਕੇ ਝਗੜੇ ਕਾਰਨ ਜਾਂ ਕਿਸੇ ਕਾਰਨ ਕਰਕੇ ਚਲਾ ਗਿਆ ਹੋਵੇ। ਇੱਥੋਂ ਤੱਕ ਵੀ ਸੰਦੀਪ ਕੁਮਾਰ ਨੇ ਕਿਹਾ ਕਿ ਸਾਡਾ ਤਾਂ ਕਿਸੇ ਵੀ ਨਾਲ ਕੋਈ ਵੀ ਨਾ ਤਾਂ ਹੀ ਲਾਗਡਾਟ ਹੈ ਅਤੇ ਨਾ ਹੀ ਕੋਈ ਝਗੜਾ ਹੈਗਾ, ਤਾਂ ਫਿਰ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਕਿੱਥੇ ਚਲੇ ਗਏ ਨੇ। ਉਹਨਾਂ ਵੱਲੋਂ ਪੁਲਿਸ ਰਿਪੋਰਟ ਵੀ ਕਰ ਦਿੱਤੀ ਗਈ ਹੈ। ਸੰਦੀਪ ਕੁਮਾਰ ਨੇ ਕਿਹਾ ਕਿ ਉਸਦੇ ਪਿਤਾ ਦੀ ਉਮਰ ਜਿਹੜੀ ਆ ਕਰੀਬ 42 ਸਾਲ ਹੈ ਅਤੇ ਪਿਛਲੇ 8-9 ਸਾਲ ਤੋਂ ਇਹ ਔੜ ਦੇ ਵਿੱਚ ਹੀ ਰਹਿ ਰਹੇ ਨੇ। ਸਕਰੀਨ 'ਤੇ ਅਸੀਂ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਵੱਲੋਂ ਜੋ ਇੱਕ ਫੋਟੋ ਚਲਾ ਰਹੇ ਹੈਗੇ ਹਾਂ ਜਾਂ ਚਲਾਈ ਜਾ ਚੁੱਕੀ ਆ, ਪਿੱਛੇ ਤੁਸੀਂ ਦੇਖ ਚੁੱਕੇ ਹੋ ਜਾਂ ਅਸੀਂ ਸਕਰੀਨ 'ਤੇ ਚਲਾ ਰਹੇ ਹੈਗੇ ਹਾਂ, ਇਹ ਚੰਦਰਪਾਲ ਦੀ ਜਿਹੜੀ ਆ ਇਹ ਫੋਟੋ ਹੈਗੀ ਆ। ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਦੇ ਵਿੱਚ ਪਤਾ ਲੱਗਦਾ ਹੈਗਾ ਤਾਂ ਆਹ ਨੰਬਰ ਜ਼ਰੂਰ ਤੁਸੀਂ ਨੋਟ ਕਰ ਲਓ, 98-767-19-771। ਅਸੀਂ ਇਹ ਨੰਬਰ ਸਕਰੀਨ ਦੇ ਉੱਪਰ ਵੀ ਚਲਾ ਰਹੇ ਹਾਂ, 98-767-19-771, 9876-719-771। ਜੇਕਰ ਕਿਸੇ ਨੂੰ ਵੀ ਇਸ ਬਾਰੇ ਪਤਾ ਲੱਗਦਾ ਆ ਤਾਂ ਇਸ ਨੰਬਰ ਦੇ ਉੱਪਰ ਫੋਨ ਕਰ ਦੇਣ ਤਾਂ ਜੋ ਮੁੜ ਕੇ ਚੰਦਰਪਾਲ ਆਪਣੇ ਪਰਿਵਾਰ ਦੇ ਵਿੱਚ ਆ ਕੇ ਮੁੜ ਤੋਂ ਆਪਣਾ ਕੰਮਕਾਰ ਕਰ ਸਕੇ ਔਰ ਪਰਿਵਾਰ ਦੇ ਵਿੱਚ ਸ਼ਾਮਲ ਹੋ ਸਕੇ। ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਤੁਹਾਨੂੰ ਬੇਨਤੀ ਕਰਦਾ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ, ਕਿਉਂਕਿ ਇਹ ਇੱਕ ਭਲੇ ਦਾ ਕੰਮ ਹੈਗਾ, ਗਰੀਬ ਪਰਿਵਾਰ ਆ। ਜੇਕਰ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓਗੇ ਤਾਂ ਹੋ ਸਕਦਾ ਆ ਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਨੂੰ ਇਸ ਬਾਰੇ ਪਤਾ ਲੱਗ ਸਕੇ ਤਾਂ ਇਸ ਦੇ ਪਰਿਵਾਰ ਨੂੰ ਸੂਚਨਾ ਦੇ ਸਕੇ। ਆਓ ਜਾਣਦੇ ਹਾਂ ਇਸ ਦੇ ਪੁੱਤਰ ਨੇ ਅਤੇ ਉੱਥੇ ਦੇ ਜੋ ਸਥਾਨਕ ਮੈਂਬਰ ਨੇ ਉਹਨਾਂ ਨੇ ਕੀ ਕਿਹਾ। ਸੰਦੀਪ ਕੁਮਾਰ, ਡੈਡੀ ਲੱਗਦੇ ਮੇਰੇ, ਹਾਂ ਇਕੱਠੇ ਰਹਿੰਦੇ ਹੋ ਇੱਕ ਕਮਰੇ 'ਤੇ ਘੱਟ ਤੋਂ ਘੱਟ 7-8 ਜਣੇ। ਉਹ ਭਾਅ ਜੀ ਫੇਰੀ ਲਗਾਉਣੇ ਗਏ ਸੀ ਕਬਾੜ ਦੀ, ਉਹ 3 ਵਜੇ ਕੱਲ੍ਹ, ਅੱਜ 2 ਦਿਨ ਹੋ ਗਏ,
ਉਹ ਫਿਰ ਉਨਸੇ ਲੌਟ ਕੇ ਹੀ ਨਹੀਂ ਆਏ, ਮੁੜ ਕੇ ਹੀ ਨਹੀਂ ਆਏ। ਕੱਲ੍ਹ ਸ਼ਾਮ ਨੂੰ ਰਾਤ 2 ਵਜੇ ਤੱਕ ਦੇਖੇ ਸੀਗੇ ਔਰ ਸਵੇਰ ਸੇ ਹੁਣ ਤੱਕ ਦੇਖ ਰਹੇ, ਕੋਈ ਪਤਾ ਨਹੀਂ ਲੱਗਾ। ਭਾਅ ਜੀ ਜਿੱਥੇ ਰੇਹੜੀ ਲਗਾਤੇ ਸੀਗੇ ਉੱਥੇ ਸਾਰੇ ਪਿੰਡਾਂ 'ਤੇ ਦੇਖਾ, ਕੰਗਾ ਪਾਲਟੇ ਦੇਖਾ, ਬਜੀ ਦਦਾੜੇ ਦੇਖਾ, ਇੱਥੇ ਮੱਲੇ ਬਜੀਦ ਔਰ ਇੱਥੇ ਨਵਾਂ ਸ਼ਹਿਰ ਫਿਲੌਰ ਸਾਰੇ ਪਿੰਡਾਂ 'ਤੇ ਦੇਖਿਆ ਭਾਅ ਜੀ, ਨਹਿਰੇ ਨਹਿਰਾਂ ਸਾਰੇ ਉੱਤੇ ਦੇਖਾ, ਝਾੜੀਆਂ ਵਗੈਰਾ ਸਾਰਾ ਕੁਝ। ਹਾਂਜੀ ਕਾਰਵਾਈ ਸ਼ੁਰੂ ਕਰੇਂਗੇ, ਦੇਖੇਂਗੇ। ਮੌਕਾ ਨਹੀਂ ਦੇਖਾ ਭਾਜੀ, ਨਹੀਂ। ਅੱਜ ਭਾਜੀ ਦੇਖ ਨਹੀਂ ਜਾ ਰਹੇ ਸੀ, ਹੋਸਪਿਟਲਾਂ ਤੇ ਰਾਜਾ ਤੇ ਨਵਾਂ ਸ਼ਹਿਰ ਸਰਕਾਰੀ ਹੋਸਪਿਟਲ ਤੇ ਦੇਖ ਨਹੀਂ ਜਾ ਰਹੇ ਸੀ। ਘੱਟ ਤੋਂ ਘੱਟ 42 ਸਾਲ 45 ਸਾਲ। ਯਹਾਂ ਤੋਂ ਭਾਜੀ ਮੈਂ ਤੋਂ 6 ਮਹੀਨੇ ਹੋਏ ਹੈ, ਡੈਡੀ ਮੇਰੇ ਘੱਟ ਤੋਂ ਘੱਟ 8 ਸਾਲ 9 ਸਾਲ ਹੋ ਗਏ। ਨਹੀਂ ਭਾਈ ਨਹੀਂ, ਪਹਿਲੀ ਵਾਰ ਹੀ ਹੋਇਆ ਭਾਅ ਜੀ, ਕਦੀ ਨਹੀਂ ਹੋਇਆ। ਕੋਈ ਨਹੀਂ ਕੋਈ ਨਹੀਂ ਭਾਅ ਜੀ, ਕੋਈ ਮਤਲਬ ਹੀ ਨਹੀਂ। ਕੋਈ ਭਾਂਜਾ ਹੈ, ਕੋਈ ਚਾਚੇ ਕਾ ਮੁੰਡਾ ਜਾਂ ਫਿਰ ਇਹ ਉਹਨਾਂ ਦਾ ਆਪਣਾ ਹੀ ਮੁੰਡਾ, ਤੇ ਮੈਂ ਉਹਨਾਂ ਦਾ ਭਾਂਜਾ। ਲੜਾਈ ਦਾ ਕੋਈ ਮਤਲਬ ਹੀ ਨਹੀਂ ਭਾਅ ਜੀ, ਬਹੁਤ ਸਿੱਧਲੇ ਬੰਦੇ ਆ ਉਹ ਤੋਂ, ਉਹ ਸਿੱਧੇ ਟਾਈਪ। ਉਹ ਡੈਡੀ ਮਿਲ ਜਾਏ ਔਰ ਕਿਆ ਮੰਗ ਕਰੇਂਗੇ ਭਾਅ ਜੀ, ਸਹੀ ਸਲਾਮਤ ਠੀਕ ਮਿਲ ਜਾਏ ਡੈਡੀ ਔਰ ਕਿਆ। ਪਰਿਵਾਰ ਵਾਲੇ ਯੂਪੀ ਰਹਿੰਦੇ। ਹਾਂਜੀ, ਮਾਤਾ ਜੀ ਹੈ, ਭਾਈ ਹੈ ਔਰ ਬਹਿਣ। ਬਹਿਣ ਕੀ ਤੋਂ ਸ਼ਾਦੀ ਹੋ ਗਈ ਹੈ, ਫਿਕਰਮੰਦ ਹੋਗੇ ਭਾਅ ਜੀ ਔਰ ਕੀ ਹੈ। ਲਗਾਤਾਰ ਫੋਨ ਆ ਰਹੇ ਭਾਅ ਜੀ, ਬਹੁਤ ਤੰਗ ਹੋ ਰਹੇ ਘਰ ਤੇ, ਬਹੁਤ ਜ਼ਿਆਦਾ ਪਰੇਸ਼ਾਨੀ ਹੈ। ਹਾਂਜੋਰ ਕੇ ਬੇਨਤੀ ਹੈ ਭਾਅ ਜੀ, ਮੇਰੇ ਡੈਡੀ ਸਹੀ ਸਲਾਮਤ ਆਰਾਮ ਸੇ ਮਿਲ ਜਾਏ ਔਰ ਕਿਆ। ਉਨਕੋ ਮੈਂ ਧੰਨਵਾਦ ਕਰਨਾ ਚਾਹਤਾ ਹੂੰ, ਔਰ ਜੋ ਕੋਈ ਕਿੱਥੇ ਵੀ ਮਿਲੇ ਵੋ ਸੂਚਨਾ ਕਰਦੇ ਹੈ ਇਸ ਚੈਨਲ ਕੇ ਮਾਧਿਅਮ ਸੇ ਭਾਅ ਜੀ, ਬਸ ਧੰਨਵਾਦ ਕਰਨਾ ਚਾਹਤਾ ਹੂੰ। 98-76-71-97-71 ਮੋਬਾਈਲ ਨੰਬਰ ਮੇਰੇ ਹੀ ਆਏ। ਵਰਿੰਦਰ ਸਿੰਘ ਜੀ ਸਾਰੇ ਅਸੀਂ ਲੱਭ ਲੱਭ ਕੇ ਇਹਨਾਂ ਨੂੰ ਦੇਖਿਆ, ਹੋਸਪਿਟਲਾਂ 'ਚ ਵੀ ਜਾ ਕੇ ਦੇਖਿਆ, ਜੋ ਨਹਿਰਾਂ ਜਿੱਥੇ ਜਿੱਥੇ ਜਾਂਦਾ ਸੀ, ਜਿਹੜੇ ਗੇੜੇ ਵਾਲਿਆਂ ਕੋਲ ਜਾਂਦਾ ਸੀ, ਸਾਰੇ ਉਹਨਾਂ ਦੇ ਜਾ ਕੇ ਦੇਖ ਕੇ ਆਏ। ਮੈਂ ਔੜ ਬਲਾਕ ਦੇ ਸਾਰੇ ਪਿੰਡਾਂ ਨੂੰ ਅਪੀਲ ਕਰਦਾ ਹਾਂ, ਜੋ ਸਾਡਾ ਚੰਦਰਪਾਲ ਗੁੰਮ ਹੋਇਆ ਹੈ, ਸਾਰਾ ਹੀ ਉਹਨਾਂ ਦਾ ਪਰਿਵਾਰ ਇੱਥੇ ਵੀ ਦੁਖੀ ਹੈ, ਉੱਥੇ ਵੀ ਯੂਪੀ ਦੁਖੀ ਹੈ। ਅਸੀਂ ਸਾਰੇ ਪਿੰਡਾਂ ਦਾ ਧੰਨਵਾਦੀ ਹੋਵਾਂਗੇ, ਜੋ ਵੀ ਸਾਨੂੰ ਉਹਦੇ ਬਾਰੇ ਸੂਚਨਾ ਦਊਗਾ ਜੀ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦਿਕ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 98-763-79-499।
ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 98763479।